Thank you.
ਪਾਣੀ ਇਹ ਦੱਸਣਾ ਕਾਰ ਦੇ ਆਪਣਾ
कि मेरे को भटका नहीं करा गया, गुमराही भी करी गई, लेकिन नहीं बोले भाई इसी में हम चले। क्योंकि सांसद ने देखा तो देखते व्यक्ति की नारा हो गया हाँ, तो सर्वोच्च ने क्या हमारा धर्म सभा नहीं हुआ। कोई एक कोई धन्य
ਸਿੰਘ ਹੋਏ ਜਿਹਨਾਂ ਦੇ ਵਿੱਚ ਉਹਨਾਂ ਨੇ ਬਾਪੂ ਦੀ ਬਹੁਤ ਸੇਵਾ ਨਿਭਾਈ। 92 ਦੇ ਵਿੱਚ ਉਹ ਆਪਣੀ ਨੌਕਰੀ ਤੋਂ ਰਿਟਾਇਰ ਹੋ ਕੇ ਆਏ। ਉਸ ਤੋਂ ਉਪਰੰਤ ਉਹ ਫਿਰ ਵੀ ਬੈਠੇ ਨਹੀਂ, ਉਹਨਾਂ ਨੇ ਹਰ ਧਾਰਮਿਕ ਸਮਾਜਿਕ ਕਾਰਜਾਂ ਦੇ ਵਿੱਚ ਬਹੁਤ ਹਿੱਸਾ ਪਾਇਆ, ਯੋਗਦਾਨ ਪਾਇਆ ਔਰ ਤਕਰੀਬਨ ਨਜ਼ਰ ਦੇ ਸਾਰੇ ਇਨਸਾਨ ਸਾਂ। ਦੌਰਾਨ ਉਹਨਾਂ ਨੇ ਖਰੜਾ ਸਾਹਿਬ ਦੇ ਸਥਾਨ, ਟਾਂਡਾ ਸਾਹਿਬ ਦੇ ਸਥਾਨ ਔਰ ਹਰਗੋਬਿੰਦ ਦੇ ਸਥਾਨ ਦੇ ਮਹਾਂਪੁਰਸ਼ਾਂ ਦੇ ਨਾਲ ਵੀ ਉਹਨਾਂ ਦੀ ਬਹੁਤ ਨੇੜਤਾ ਸੀ। ਦੂਸਰਾ ਸ੍ਰੀ ਮਾਨ ਸਾਹਿਬ ਤੋਂ ਬਾਬਾ ਅਮਰਿੰਦਰ ਸਿੰਘ ਜੀ ਦੇ ਸਥਾਨਾਂ ਦੇ ਵੀ ਉਹਨਾਂ ਨੇ ਬਹੁਤ ਸੇਵਾ ਕੀਤੀ ਔਰ ਅਗਨੀਖੰਡ ਸਾਹਿਬ ਦੇ ਵੀ ਜੱਜ ਕਮੇਟੀ ਦੇ ਵਿੱਚ ਸੇਵਾ ਨਿਭਾਈ। ਇਸ ਤਰ੍ਹਾਂ ਉਹਨਾਂ ਨੇ ਆਪਣਾ ਜੀਵਨ ਬਹੁਤ ਹੀ ਸੁਚੇ ਢੰਗ ਦੇ ਨਾਲ ਮਿਲ ਵਰਤਣ ਦੇ ਨਾਲ ਬਤੀਤ ਕੀਤਾ। ਜਿਸ ਤਰ੍ਹਾਂ ਪ੍ਰਮਾਣ ਹੈ ਕਿ ਸਿਮਲ ਰੁੱਖ ਸਰਾਏ ਦਾ ਅਰਥ ਵੀ ਅਗਲ ਅਰਥ ਕੁਝ ਉਹਦੇ ਆਪ ਉਹ ਜੇ ਆਵੇ ਆਸ ਕਰ, ਉਹਦੇ ਜੇ ਆਵੇ ਆਸ ਕਰ ਦਾਦਾ ਤੋਂ ਨਹੀਂ ਕੋਈ ਨਿਕਲ
ਸੋਧ ਦਾ ਪਹਾੜਾ ਮੰਨਣਾ ਹੀ ਸਾਡੇ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਵੱਡੇ ਤੋਂ ਵੱਡੇ ਵੀ ਦੁੱਖ ਹੋ ਰਹੇ ਹਨ, ਫਿਰ ਵੀ ਆਪਾਂ ਨੂੰ ਕੁਝ ਸਮੇਂ ਬਾਅਦ ਸਬਰ ਕਰਨਾ ਹੀ ਮਿਲਦਾ ਹੈ। ਪਰ ਫਿਰ ਵੀ ਪਰਮਾਤਮਾ ਦੀ ਇਹਨਾਂ ਜਿਹੜਾ ਕਿ ਰਹਿਣ ਕਰੀ ਬਖਸ਼ ਕਰੀ ਹੈ ਕਿ ਆਪਣਾ ਪੂਰਾ ਜੀਵਨ ਬਹੁਤ ਵਧੀਆ ਢੰਗ ਦੇ ਨਾਲ ਬਤੀਤ ਕਰਕੇ ਗਏ ਸਮਾਜ ਦੇ ਵਿੱਚ ਸਰਾਗੀ ਦੇ ਵਿੱਚ ਚੰਗਾ ਰੁਤਬਾ ਮਾਣ ਅੱਜ ਹਾਸਲ ਪ੍ਰਾਪਤ ਹੋਈ। ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ, ਦਾਤ ਹੈ। ਜ਼ਿੰਦਗੀ ਖਾਤਰ ਹਰ ਇੱਕ ਇਨਸਾਨ ਨੂੰ ਮਦਦ ਕਰਨਾ ਪੜਦਾ ਹੈ। ਪ੍ਰਾਣੀ ਨੂੰ ਆਇਆ ਲਾਭ ਰਹਿਣ ਲੱਗਾ ਤੇ ਦੁੱਖ ਪੜੇ ਸਲੋਕ ਦੀ ਚੱਲੀ ਰਹਿਣ ਇਹ ਸਮਾਂ ਆਪਣੇ ਵੀ ਹੱਥੋਂ ਵਧੀ ਹੁੰਦਾ ਜਾ ਰਿਹਾ ਹੈ। ਆਪਾਂ ਆਪਣੇ ਮੁੱਖ ਮਕਸਦ ਨੂੰ ਜਿਸ ਪ੍ਰਕਾਰ ਦੇ ਜਗਦੇ ਆਏ ਹਾਂ ਉਹਦੀ ਖਾਤਰ ਥੋੜ੍ਹਾ ਥੋੜ੍ਹਾ ਕਰਕੇ ਗੁਰੂ ਦੇ ਨਜ਼ਦੀਕ ਹੋਣਾ ਚਾਹੀਦਾ ਹੈ। ਗੁਰੂ ਦੀਆਂ ਖੁਸ਼ੀਆਂ ਲੈਣੀਆਂ, ਗੁਰੂ ਦਾ ਵਿਚਾਰ ਸੁਣਨੇ, ਕਿਉਂਕਿ ਸਾਡਾ ਆਉਣ ਵਾਲਾ ਸਮਾਂ ਜੇ ਸਾਡੇ ਮਨ ਨਾਲ ਵੀ ਸਹਿਣਾ ਸਹਿਣਾ ਮਰਨਾ ਹੋਵੇ ਸਾਡਾ ਵੀ ਮਰਨਾ ਜਾਣਾ ਦਾ ਵਸ ਹੈ ਕਿ ਕੋਈ ਸੱਚ ਹੈ ਕਿ ਮਰਨਾ ਹੋਣਾ। ਪਰਮਾਤਮਾ ਕਿਰਪਾ ਕਰੇ ਇਸ ਪਰਿਵਾਰ ਨੂੰ ਚੜ੍ਹਦੀਆਂ ਗੱਲਾਂ ਉੱਚਾ ਸੋਚਾ ਜੀਵਨ ਉੱਚਾ ਕਿਰਦਾਰ ਆਚਰਨ ਵਾਸਤੇ ਸੋਸਾਇਟੀ ਦੇ ਵਿੱਚ ਮਾਣ ਵਿੱਚ ਬਖਸ਼ੇ। ਗੁਰੂ ਦਾ ਪ੍ਰੇਮ ਸਿੱਧੀ ਜੀਵਨ ਦੀਦਾਰ ਔਰ ਵਿਛੜੀ ਹੋਈ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ। ਪਰਿਵਾਰ ਨੂੰ ਸੰਗਤ ਨੂੰ ਮਿੱਤਰਾਂ ਦੋਸਤਾਂ ਨੂੰ ਭਾਣਾ ਮੰਨਣ ਦਾ ਵਾਲਾ ਬਖਸ਼ੇ। ਇਸ ਪ੍ਰਕਾਰ ਵੱਲੋਂ ਉਹਨਾਂ ਦੀ ਯਾਦ ਵਿੱਚ ਜੋ ਸੇਵਾ ਕਰਵਾਈ ਗਈ ਹੈ ਉਹ ਇਸ ਪ੍ਰਕਾਰ ਹੈ। ਇਸ ਨਗਰ ਦੇ ਚਾਰ ਸਾਹਿਬ ਗੁਰਦੁਆਰਾ ਸਾਹਿਬ ਗੁਰਦੁਆਰਾ ਰਾਮਪੁਰ ਦਾ ਪਤਨੀ ਹੋ ਗਿਆ ਪਤਨੀ ਬਾਬਾ ਜੀ ਵਸੇਖ ਜੀ, ਬਾਬਾ ਅਰਦਾਸ ਭਗਤ ਜੀ ਔਰ ਦੋ ਥਾਂ ਮੁਕਿਆ ਸਾਹਿਬ ਬਾਬਾ ਜੀ ਦਾ ਪਾਕਿਸਤਾਨ ਔਰ ਅੰਗੀਕਾ ਸਾਹਿਬ ਇੱਕ ਬਾਬਾ ਜੀ ਦੇ ਨੜੇਰੇ ਮਿੱਤਰ ਜੋ ਨਾਲ ਗੜ ਸਾਹਿਬ ਹੈ ਉਹਨਾਂ ਬਾਰੇ ਸੇਵਾ ਔਰ ਦੋਨੋਂ ਸਮੂਹ ਸੇਵਾ ਸੁਸਾਇਟੀ ਔਰ ਦੇਵਗੜ੍ਹ ਇਹਨਾਂ ਸੰਸਥਾਨਾਂ ਵਾਸਤੇ ਪਰਿਵਾਰ ਵੱਲੋਂ ਬੇਅੰਤ ਸੇਵਾ ਪਿਛੜੇ ਲੋਕ ਦੀ ਆਤਮਾ ਨੂੰ ਸਮਰਪਣ ਉਹਨਾਂ ਦੀ ਸੁਖ ਸ਼ਾਂਤੀ ਦੇ ਵਾਸਤੇ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਇਹ ਸਾਨਾਂ ਵਾਸਤੇ ਸੇਵਾ ਕਰਵਾਈ ਗਈ ਹੈ। ਸੋ ਸਾਰੇ ਹੀ ਕਿਸਾਨਾਂ ਦੇ ਸੇਵਾਦਾਰਾਂ ਨੂੰ ਕਰਦਾ ਸਾਹਿਬ ਬੇਨਤੀ ਹੈ ਕਿ ਬਾਅਦ ਦੇ ਵਿੱਚ ਆਪੋ ਆਪਣੀ ਸੇਵਾ ਲੈ ਕੇ ਜਾਣ ਦੀ ਕਿਰਪਾਲਤਾ ਕਰਨੀ। ਜਿਹਦੀ ਆਤਮ ਅਰਦਾਸ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਅਰਪਣ ਕਰਨ ਵਾਸਤੇ ਇਲਾਕੇ ਵਿੱਚੋਂ ਸਾਰੇ ਨੇੜੇ ਦੇਣ ਦੇ ਪਿੰਡਾਂ ਦੂਰ ਨੇੜੇ ਤੋਂ ਬਹੁਤ ਸ਼ਰਧਾਂਜਲੀ ਅਰਪਣ ਕਰਨ ਵਾਸਤੇ ਸਾਡੇ ਵਿੱਚ ਸ਼ਾਮਲ ਹੋਏ ਹਨ ਔਰ ਹੋਰ ਵੀ ਬਹੁਤ ਸਾਰੇ ਪਤਵੰਤੀ ਸੱਜਣ ਜਿਹਨਾਂ ਦੇ ਬਾਰੇ ਨਹੀਂ ਪਤਾ ਜਾਣਨੇ ਹਜੇ ਨਹੀਂ ਜਾਣ ਸਕੇ ਕਿ ਕੌਣ ਕੌਣ ਹਨ ਉਹਨਾਂ ਸਾਰਿਆਂ ਦੇ ਨਾਮ ਗੁਰੂ ਮਹਾਰਾਜ ਜਾਣਦੇ ਹਨ। ਸਾਡੇ ਇਲਾਕੇ ਦੇ ਐਮ ਐਲ ਏ ਸਾਹਿਬ ਭਾਈ ਸਾਹਿਬ ਭਾਈ ਮੇਰ ਸਾਹਿਬ ਜੀ ਨੇ ਵੀ ਆਪਣੇ ਵੱਲੋਂ ਆਪਣੇ ਸਿੰਧੀ ਸਾਹਿਬ ਜੋ ਅਕਸਰ ਹੀ ਸਾਡੇ ਵਿੱਚ ਲਿਖਦੇ ਰਹਿੰਦੇ ਹਨ ਉਹਨਾਂ ਨੂੰ ਹਾਜ਼ਰੀ ਪਾਉਣ ਵਾਸਤੇ ਭੇਜਿਆ ਹੈ। ਗੱਲ ਕੀ ਹਰ ਇਲਾਕੇ ਦੇ ਵਿੱਚ ਬਹੁਤ ਸੰਗਤ ਇਸ ਸੋਗ ਲਈ ਮਾਹੌਲ ਦੇ ਵਿੱਚ ਇਸ ਵਿਛੜੇ ਲੋਕ ਨੂੰ ਸ਼ਰਧਾਂਜਲੀ ਅਰਪਣ ਕਰਨ ਵਾਸਤੇ ਪਰਿਵਾਰ ਨਾਲ ਦੁੱਖ ਤੋਂ ਸਾਂਝਾ ਕਰਨ ਵਾਸਤੇ ਪਹੁੰਚੇ ਹਨ। ਸਾਰੀਆਂ ਸੰਗਤਾਂ ਦਾ
ਸੋ ਸਾਰੇ ਸੰਗਤਾਂ ਨੂੰ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਅੰਮ੍ਰਿਤਸਰ ਸਾਹਿਬ ਬੇਨਤੀ ਹੈ ਕਿ ਜਿਹਨਾਂ ਨੇ ਜਨਮ ਨਹੀਂ ਸਕਿਆ ਪ੍ਰਸ਼ਾਦੇ